ਖੇਤਾਂ ਦੇ ਬਾਹਰ ਪਏ ਹੋਏ ਬੱਕਰੀ ਦੇ ਇਹ ਟੁਕੜੇ ਜਿਸ ਨੂੰ ਦੇਖ ਕੇ ਕਿਸੇ ਦੇ ਵੀ ਸਾਹ ਸੁੱਕ ਜਾਣ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਖੂੰਖਾਰ ਜਾਨਵਰ ਦੇ ਵੱਲੋਂ ਇਸ ਬੱਕਰੀ ਦਾ ਸ਼ਿਕਾਰ ਕੀਤਾ ਗਿਆ ਹੈ, ਜਿਸ ਕਰਕੇ ਲੋਕ ਵੀ ਡਰੇ ਹੋਏ ਨੇ, ਸਹਿਮੇ ਹੋਏ ਨੇ। ਤਸਵੀਰਾਂ ਪਟਿਆਲਾ ਦੇ ਪਿੰਡ ਬਾਰਨ ਦੀਆਂ ਨੇ, ਜਿੱਥੇ ਪਹਿਲਾਂ ਵੀ ਇੱਕ ਗੱਲ ਸੀਗੀ ਕਿ ਤੇਂਦੂਆ ਇਸ ਪਿੰਡ ਦੇ ਵਿੱਚ ਘੁੰਮ ਰਿਹਾ ਹੈ। ਲੋਕਾਂ ਦੇ ਵੱਲੋਂ ਉਸ ਨੂੰ ਦੇਖਿਆ ਵੀ ਗਿਆ ਸੀ, ਪਰ ਕਾਫੀ ਦਿਨ ਤੋਂ ਜਦੋਂ ਤੇਂਦੂਆ ਨਜ਼ਰ ਨਹੀਂ ਆਇਆ ਤੇ ਨਾ ਹੀ ਪਿੰਡ 'ਚ ਕੋਈ ਹਲਚਲ ਹੋਈ, ਤਾਂ ਲੋਕਾਂ ਨੇ ਸਮਝ ਲਿਆ ਕਿ ਤੇਂਦੂਆ ਜਾ ਚੁੱਕਿਆ ਹੈ। ਪਰ ਹੁਣ ਖੇਤਾਂ ਦੇ ਬਾਹਰੋਂ ਇਹ ਬੱਕਰੀ ਦੇ ਟੁਕੜੇ ਜੋ ਮਿਲੇ ਨੇ, ਇਸ ਨੂੰ ਦੇਖ ਕੇ ਲੋਕ ਫਿਰ ਤੋਂ ਡਰੇ ਹੋਏ ਨੇ ਤੇ ਆਪਣੇ ਘਰਾਂ ਦੇ ਵਿੱਚ ਬੰਦ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਤੇਂਦੂਆ ਇੱਥੇ ਘੁੰਮ ਰਿਹਾ ਹੈ, ਜਿਸ ਕਰਕੇ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਜੇਕਰ ਉਹ ਜਾਨਵਰਾਂ ਨੂੰ ਸ਼ਿਕਾਰ ਬਣਾ ਰਿਹਾ ਹੈ ਤਾਂ ਇਨਸਾਨਾਂ ਨੂੰ ਵੀ ਬਣਾ ਸਕਦਾ ਹੈ, ਜਿਸ ਲਈ ਹੁਣ ਉਹ ਜੰਗਲਾਤ ਵਿਭਾਗ ਨੂੰ ਗੁਹਾਰ ਲਗਾ ਰਹੇ ਨੇ ਕਿ ਜਲਦ ਤੋਂ ਜਲਦ ਇਸ ਤੇਂਦੂਏ ਨੂੰ ਰੈਸਕਿਊ ਕੀਤਾ ਜਾਏ ਤੇ ਜੰਗਲ ਦੇ ਵਿੱਚ ਛੱਡਿਆ ਜਾਏ। ਦੱਸ ਦਈਏ ਕਿ ਇੱਥੇ ਕਿਸਾਨਾਂ ਦੇ ਪਸ਼ੂਆਂ ਦਾ ਸ਼ਿਕਾਰ ਹੋ ਰਿਹਾ ਹੈ ਤੇ ਇੱਕ ਤੇਂਦੂਏ ਦੇ ਵੱਲੋਂ ਕੀਤਾ ਜਾ ਰਿਹਾ, ਜੋ ਕਿ ਲੋਕਾਂ ਦਾ ਕਹਿਣਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਵੀ ਇੱਥੇ ਤੇਂਦੂਆ ਦੇਖਿਆ ਗਿਆ ਸੀ, ਪਰ ਕਾਫੀ ਦਿਨਾਂ ਤੋਂ ਬਾਅਦ ਵਿੱਚ ਨਜ਼ਰ ਨਹੀਂ ਆਇਆ, ਜਿਸ ਕਰਕੇ ਲੋਕਾਂ ਨੇ ਇਹ ਮੰਨ ਲਿਆ ਕਿ ਤੇਂਦੂਆ ਸ਼ਾਇਦ ਜਾ ਚੁੱਕਿਆ ਹੈ। ਪਰ ਹੁਣ ਇਹ ਸਾਬਤ ਹੋ ਗਿਆ ਕਿ ਤੇਂਦੂਆ ਇੱਕ ਖੂੰਖਾਰ ਜਾਨਵਰ ਹਾਲੇ ਵੀ ਪਿੰਡ ਵਿੱਚ ਘੁੰਮ ਰਿਹਾ ਹੈ, ਕਿਉਂਕਿ ਪਿੰਡ 'ਚ ਖੇਤਾਂ ਦੇ ਬਾਹਰੋਂ ਬੱਕਰੀ ਦੇ ਟੋਟੇ ਮਿਲੇ ਨੇ। ਇੱਥੇ ਤਸਵੀਰਾਂ ਦੇ ਵਿੱਚ ਸਿਰਫ ਬੱਕਰੀ ਦਾ ਸਿਰ ਹੀ ਮਿਲਿਆ ਹੈ, ਬਾਕੀ ਹੱਡ ਤੋਂ ਲੈ ਕੇ ਸਾਰਾ ਮਾਸ ਤੇਂਦੂਆ ਖਾ ਚੁੱਕਿਆ ਹੈ। ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਮਿੱਟੀ ਤੇ ਨਜ਼ਰ ਆਏ ਨੇ, ਜਿਸ ਕਰਕੇ ਲੋਕ ਡਰੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਜਦ ਤੱਕ ਇਸ ਤੇਂਦੂਏ ਨੂੰ ਰੈਸਕਿਊ ਨਹੀਂ ਕਰ ਲਿਆ ਜਾਂਦਾ।